ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੀ ਹੈ, ਜਿੱਥੇ ਪਿੰਡ ਦੇ ਵਿੱਚ ਭੂਤਰੇ ਮੁੰਡਿਆਂ ਨੇ ਸ਼ਰੇਆਮ ਕੁੜੀਆਂ ਦੀ ਇੱਜ਼ਤ ਤੇ ਹੱਥ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭੁੱਲਰ ਦੇ ਪ੍ਰਗਟ ਸਿੰਘ ਨਾਮ ਦੇ ਮੁੰਡੇ ਨੇ ਇਸ ਪਰਿਵਾਰ ਦੀ ਇੱਕ ਛੋਟੀ ਕੁੜੀ ਦੇ ਨਾਲ ਬਦਸਲੂਕੀ ਕੀਤੀ ਤਾਂ ਉਹ ਕੁੜੀ ਨੇ ਆਪਣੇ ਘਰਦਿਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਤਾਂ ਕੁੜੀ ਦੀ ਮਾਂ ਅਤੇ ਹੋਰ ਭੈਣਾਂ ਨੇ ਮਿਲ ਕੇ ਪ੍ਰਗਟ ਸਿੰਘ ਦੇ ਘਰ ਉਲਾਂਭਾ ਦੇਣ ਚੱਲੀਆਂ ਸਨ, ਜਿਨ੍ਹਾਂ ਨੂੰ ਰਸਤੇ ਵਿੱਚ ਘੇਰ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ, ਜਿਸ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਪੰਜਾਬ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਭੁੱਲਰ ਪਿੰਡ ਨਾਲ ਸੰਬੰਧਿਤ ਸੀ, PS ਸਦਰ ਮੁਕਤਸਰ ਨਾਲ। ਉਹਦੇ ਵਿੱਚ ਇੱਕ ਬੰਦਾ ਜਿਹੜੇ ਇੱਕ ਲੇਡੀ ਦੀ ਕੁੱਟਮਾਰ ਕਰ ਰਿਹਾ ਸੀਗਾ, ਉਸ 'ਤੇ MLR ਮਸੂਲ ਹੋਈ ਸੀ ਲੇਡੀ ਦੀ, ਅਤੇ ਉਸ 'ਤੇ ਉਸ ਜੋ ਮੇਨ ਅਕਿਊਜ਼ ਸੀ ਉਹਦੀ ਅਰੈਸਟ ਪਾ ਕੇ FIR ਦਰਜ ਕਰ ਦਿੱਤੀ ਗਈ ਹੈ ਅਤੇ ਹੁਣ ਮੁਕੱਦਮੇ ਦੀ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪੁਲਿਸ ਮੁਲਜ਼ਮਾਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ। ਇਸ ਦੇ ਨਾਲ ਹੀ ਇਹਨਾਂ ਲਾਣਤੀਆਂ ਨੂੰ ਮਿਸਾਲੀ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅਜਿਹਾ ਘਟੀਆ ਕਾਰਾ ਕੱਲ੍ਹ ਨੂੰ ਕੋਈ ਹੋਰ ਨਾ ਕਰ ਸਕੇ। ਹਕੀਕੀ TV ਪੰਜਾਬੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਦੱਲਾ ਦੀ ਰਿਪੋਰਟ।